ਗੁਰਾਂ ਦੇ ਵਾਰਡ ਨੰਬਰ 12 ਵਿਖੇ ਸ਼ਮਸ਼ਾਨ ਘਾਟ ਦੇ ਨਜ਼ਦੀਕ ਬਣੇ ਛੱਪੜ ਦੀ 39 ਲੱਖ ਤੋਂ ਵੱਧ ਦੀ ਲਾਗਤ ਨਾਲ ਸਫਾਈ ਕਰਵਾ ਕੇ ਥਾਪਰ ਮਾਡਲ ਬਣਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਰੌਸ਼ਨ ਲਾਲ ਰੌਸ਼ੀ, ਕੌਂਸਲਰ ਹਰਮੇਸ਼ ਲਾਲ, ਆਮ ਆਦਮੀ ਪਾਰਟੀ ਦੇ ਆਗੂ ਰਾਹੁਲ ਪੁੰਜ ਅਤੇ ਗੁਰਵਿੰਦਰ ਸਿੰਘ ਨੌਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਲਈ ਅਤੇ ਸੁੰਦਰ ਦਿੱਖ ਦੇਣ ਲਈ ਹੀ 39 ਲੱਖ ਦੀ ਗ੍ਰਾਂਟ ਦੇ ਕੇ ਇਸ ਛੱਪੜ ਦੀ ਸਫਾਈ ਕਰਵਾ ਕੇ ਇਸ ਨੂੰ ਥਾਪਰ ਮਾਡਲ ਦਾ ਛੱਪੜ ਬਣਾਇਆ ਜਾ ਰਿਹਾ ਹੈ, ਜਿੱਥੇ ਕਿ ਪਾਰਕ ਵੀ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਕਤ ਸਥਾਨ 'ਤੇ ਨੌਜਵਾਨਾਂ ਲਈ ਇੱਕ ਵਧੀਆ ਜਿਮ ਵੀ ਤਿਆਰ ਕਰਵਾਇਆ ਜਾ ਰਿਹਾ ਹੈ। ਉਹਨਾਂ ਨਾਲ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਕਾਰਜ ਵਿੱਚ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ 'ਤੇ ਪਲਵਿੰਦਰ ਸਿੰਘ ਨੌਰਾ, ਜੱਸੀ ਚੌਕੜੀਆ, ਬੂਟਾ ਸਿੰਘ ਢਿੱਲੋਂ ਆਦਿ ਹਾਜ਼ਰ ਸਨ। ਰੀਹੈਬਿਲੀਏਸ਼ਨ ਐਂਡ ਬਿਊਟੀਸ਼ਨ ਆਫ ਪੌਂਡ, ਅੱਜ ਅਸੀਂ ਖੜ੍ਹੇ ਹਾਂ ਜਿਹੜਾ ਛੱਪੜ ਸੀਗਾ ਉਹਨੂੰ ਇੱਕ ਬਹੁਤ ਹੀ ਸੁੰਦਰ ਰੂਪ ਦੇਣ ਜਾ ਰਹੀ ਆ ਸਾਡੀ ਆਮ ਆਦਮੀ ਪਾਰਟੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਸਰਕਾਰ। ਜਿਹੜਾ ਇੱਕ ਪਾਣੀ ਹੈਗਾ ਆ ਉਹਨੂੰ, ਗੰਦੇ ਪਾਣੀ ਨੂੰ ਉਹਨੂੰ ਤਕਰੀਬਨ ਫਿਲਟਰ ਕਰਕੇ ਦੁਬਾਰਾ ਜਿਹੜਾ ਪਾਣੀ, ਉਹੀ ਪਾਣੀ ਜਿਹੜਾ ਹੈਗਾ ਉਹ ਧਰਤੀ ਦੇ ਥੱਲੇ ਜਾਊਗਾ ਅਤੇ ਜਿਹੜਾ ਹੈਗਾ ਪਾਣੀ ਜਿਹੜਾ ਬਹੁਤ ਥੱਲੇ ਜਾ ਰਿਹਾ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ ਸਾਡੀ ਜਿਹੜੀ ਹੈਗੀ ਆ ਸਰਕਾਰ ਕਰ ਰਹੀ ਆ। ਜਿੱਥੇ ਸਾਡੀ ਸਰਕਾਰ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਉੱਥੇ ਮੈਂ ਆਪਣੇ ਨਗਰ ਦੇ ਸਾਰੇ ਵੱਖੋ ਵੱਖ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਵੀ ਸਾਡਾ ਸਹਿਯੋਗ ਦਿਓ ਇਸ ਕੰਮ ਦੇ ਵਿੱਚ, ਕਿਉਂਕਿ ਇਹ ਇਕੱਲਾ ਜਿਹੜਾ ਕੰਮ ਹੈਗਾ ਉਹ ਕਿਸੇ ਸਾਡਾ ਪਰਸਨਲ ਨਹੀਂ ਹੈਗਾ, ਸ਼ਹਿਰ ਦਾ ਕੰਮ ਆ। ਅਤੇ ਮੈਂ ਆਸ ਕਰਦਾ ਵੀ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਸਾਡਾ ਸਾਥ ਦੇਣਗੇ, ਸਹਿਯੋਗ ਦੇਣਗੇ ਅਤੇ ਜਿਹੜਾ ਇਹ ਥਾਪਰ ਮਾਡਲ ਦੇ ਰੂਪ ਦੇ ਵਿੱਚ ਜਿਹੜਾ ਇਹ ਛੱਪੜ ਹੈਗਾ ਉਹ ਕਨਵਰਟ ਹੋਣ ਜਾ ਰਿਹਾ ਹੈਗਾ ਰੀਹੈਬਿਲੀਏਸ਼ਨ ਐਂਡ ਬਿਊਟੀਸ਼ਨ ਆਫ ਪੌਂਡ ਦੇ ਵਿੱਚ। ਸੋ ਮੈਂ ਧੰਨਵਾਦ ਕਰਦਾ ਫਿਰ ਮਾਨ ਸਰਕਾਰ ਦਾ, ਅਤੇ ਅਸੀਂ ਧੰਨਵਾਦੀ ਹਾਂ ਆਮ ਆਦਮੀ ਪਾਰਟੀ ਦੇ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ, ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਅਸੀਂ ਵਾਰਡ ਨੰਬਰ 12 ਦੇ ਵਿੱਚ, ਜਿਹੜਾ ਕਿ ਗ੍ਰਾਂ ਦੇ ਪ੍ਰਮੁੱਖ ਵਾਰਡ, ਵਾਰਡ ਨੰਬਰ 1, ਵਾਰਡ ਨੰਬਰ 2, ਵਾਰਡ ਨੰਬਰ 8, ਵਾਰਡ ਨੰਬਰ 9, ਵਾਰਡ ਨੰਬਰ 10, ਵਾਰਡ ਨੰਬਰ 11 ਅਤੇ 12, ਤਕਰੀਬਨ 6 ਵਾਰਡ ਆ। ਇਹ 6 ਜਿਹੜੀ ਵਾਰਡਾਂ ਦੀ ਜਿਹੜੀ ਮੁੱਖ ਸਮੱਸਿਆ ਸੀ, ਜਿਵੇਂ ਕਿ ਵੱਖ ਵੱਖ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਦਾ ਗੰਦਾ ਨਿਕਾਸ, ਇਹਦਾ ਕੋਈ ਪ੍ਰਬੰਧ ਨਹੀਂ ਸੀ। ਅਤੇ ਇਸ ਗੰਦੇ ਪਾਣੀ ਦੇ ਨਿਕਾਸੀ ਦੇ ਵਾਸਤੇ ਪ੍ਰਬੰਧ ਦੇ ਲਈ ਅੱਜ ਸਾਡੀ ਜਿਹੜੀ ਸਮੁੱਚੀ ਟੀਮ ਹੈ ਇਕੱਠੀ ਹੋਈ ਆ। ਇਕੱਠੀ ਹੋਣ ਦਾ ਮੁੱਖ ਮਕਸਦ ਇਹੀ ਆ ਕਿ ਨਗਰ ਕੌਂਸਲ ਗੁਰਾਇਆਂ ਵੱਲੋਂ ਤਕਰੀਬਨ 40 ਲੱਖ ਦਾ ਟੈਂਡਰ ਇੱਥੇ ਜਿਹੜਾ ਬਹੁਤ ਹੀ ਖੂਬਸੂਰਤ ਜਿਹੜਾ ਥਾਪਰ ਮਾਡਲ ਮੁਤਾਬਕ ਛੱਪੜ ਦੀ ਸਫਾਈ ਕਰਕੇ ਇਹਨੂੰ ਹੀ ਬਹੁਤ ਸੋਹਣਾ ਇੱਕ ਥਾਪਰ ਮਾਡਲ ਬਣਾਇਆ ਜਾ ਰਿਹਾ। ਉਸ ਦੇ ਨਾਲ ਇੱਥੇ ਇੱਕ ਪਾਰਕ ਦਾ ਰੂਪ ਵੀ ਦਿੱਤਾ ਜਾਵੇਗਾ ਅਤੇ ਇਹ ਵੀ ਹੋ ਸਕਦਾ ਭਵਿੱਖ ਦੇ ਰਾਹ ਵਿੱਚ ਪਾਰਕ ਦੇ ਨਾਲ ਨਾਲ ਇੱਥੇ ਇੱਕ ਜਿਮ ਵੀ ਬਣਾਇਆ ਜਾਵੇ। ਸੋ ਮੁੱਖ ਸਾਡੇ ਅੱਜ ਇਕੱਠੇ ਹੋਣ ਦਾ ਮਕਸਦ ਇਹੀ ਆ ਕਿ ਸ਼ਹਿਰ ਗੁਰਾਇਆਂ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਵਾਰ ਵਾਰ ਬੇਨਤੀ ਕਰਨ ਆਏ ਹਾਂ
ਚਾਹੇ ਉਹ ਕਾਂਗਰਸੀ ਨੇ, ਚਾਹੇ ਉਹ ਅਕਾਲੀ ਨੇ, ਚਾਹੇ ਉਹ ਬਸਪਾ ਨੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਨੇ, ਚਾਹੇ ਉਹ ਇੱਥੋਂ ਤੱਕ ਆਮ ਆਦਮੀ ਪਾਰਟੀ ਦੇ ਨੇ, ਸਾਰਿਆਂ ਦੇ ਚਰਨਾਂ ਦੇ ਵਿੱਚ ਵਾਰ ਵਾਰ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ ਆਪਾਂ ਪਾਰਟੀ ਬਾਜ਼ੀ ਨੂੰ ਛੱਡਦੇ ਹੋਏ ਸ਼ਹਿਰ ਗੁਰਿਆਂ ਦੇ ਵਿਕਾਸ ਵਾਸਤੇ, ਸ਼ਹਿਰ ਗੁਰਿਆਂ ਦੇ ਭਲੇ ਵਾਸਤੇ ਅਤੇ ਗੰਦੇ ਪਾਣੀ ਦੇ ਨਿਕਾਸ ਦੇ ਵਾਸਤੇ ਆਈਏ, ਆਪਾਂ ਇੱਕਜੁੱਟ ਹੋ ਕੇ ਹੰਭਲਾ ਮਾਰੀਏ ਅਤੇ ਸ਼ਹਿਰ ਗੁਰਿਆਂ ਦੇ ਵਿੱਚੋਂ ਗੰਦੇ ਪਾਣੀ ਦਾ ਨਿਕਾਸ ਪਾ ਇਹਨੂੰ ਮਤਲਬ ਬਾਹਰ ਕੀਤਾ ਜਾਵੇ, ਤਾਂ ਜੋ ਇਸ ਜਿਹੜਾ ਗੰਦਾ ਛੱਪੜ ਦਾ ਇੱਥੇ ਦਰਿਆ ਵਗਦਾ ਸੀ, ਇਸ ਗੰਦੇ ਛੱਪੜ ਨੂੰ ਇੱਕ ਸੋਹਣੇ ਜਿਹੇ ਪਾਰਕ ਦਾ ਰੂਪ ਦਿੱਤਾ ਜਾ ਸਕੇ।